ਮੋਹਾਲੀ 6 ਫੇਸ ਹਸਪਤਾਲ ਹੈ, ਉੱਥੋਂ ਸੱਜੇ ਪਾਸੇ ਜਦੋਂ ਮੋਹਾਲੀ ਨੂੰ ਐਂਟਰ ਕਰਦੇ 6 ਫੇਸ ਨੂੰ, ਉੱਥੇ ਕਿਸਾਨਾਂ ਨੇ ਡਾਇਵਰਟ ਲਿਆ ਤਾਂ ਕਿ ਹਸਪਤਾਲ ਜਾਣ ਵਾਲਿਆਂ ਨੂੰ ਕੋਈ ਦਿੱਕਤ ਨਾ ਹੋਵੇ, ਔਰ ਇੱਥੇ ਕਿਸਾਨ ਬੈਠ ਕੇ ਜਾਪ ਕਰ ਰਹੇ ਨੇ ਔਰ ਨਾਰੇਬਾਜ਼ੀ ਅਲੱਗ ਤੋਂ ਕਰੀ ਜਾ ਰਹੀ ਹੈ ਸਰਕਾਰ ਦੇ ਖਿਲਾਫ, ਔਰ SYL ਦੇ ਮਸਲੇ 'ਤੇ ਇਹ ਵਿਰੋਧ ਪ੍ਰਦਰਸ਼ਨ ਹੈ। ਥੋੜ੍ਹੀ ਦੇਰ ਪਹਿਲਾਂ ਹੀ ਰਾਜੇਵਾਲ ਬਲਵੀਰ ਸਿੰਘ ਰਾਜੇਵਾਲ ਵੱਲੋਂ ਸੰਬੋਧਨ ਕੀਤਾ ਜਾ ਰਿਹਾ ਸੀ ਕਿ ਜੇ ਆਬ ਨਹੀਂ ਹੈ ਤਾਂ ਪੰਜਾਬ ਨਹੀਂ ਹੈ, ਜੇਕਰ ਪੰਜਾਬ ਪਾਣੀ 'ਚੋਂ ਪਾਣੀ ਪੰਜਾਬ ਤੋਂ ਜਾਂਦਾ ਹੈ ਕਿਸੇ ਵੀ ਤਰੀਕੇ ਦੇ ਨਾਲ, ਚਾਹੇ ਉਹ ਕਾਗਜ਼ੀ ਰੂਪ 'ਚ ਜਾਏ ਚਾਹੇ SYL ਦੇ ਤਰੀਕੇ 'ਤੇ ਜਾਏ, ਤਾਂ ਉਸਦੇ ਨਾਲ ਪੰਜਾਬ ਦੀ ਇੱਕ ਹੋਂਦ ਨੂੰ ਨੁਕਸਾਨ ਹੈ, ਪੰਜਾਬ ਨੂੰ ਨੁਕਸਾਨ ਹੈ, ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਨੁਕਸਾਨ ਹੈ। ਔਰ ਚੰਡੀਗੜ੍ਹ ਵੱਲ ਜੇ ਕਹੀਏ, ਜਿੱਥੇ ਤੁਹਾਨੂੰ ਇਹ ਸਾਹਮਣੇ ਲਾਈਟ ਪੁਆਇੰਟ ਨਜ਼ਰ ਆ ਰਿਹਾ ਹੈ, ਜੋ ਲਾਈਟ ਨਜ਼ਰ ਆ ਰਹੀ ਹੈ, ਇੱਥੋਂ ਸੱਜੇ ਚੰਡੀਗੜ੍ਹ ਹੈ ਔਰ ਖੱਬੇ ਪਾਸੇ ਕਹੀਏ ਤਾਂ ਉਹੀ ਦਾਰਾ ਚੌਂਕ ਹੈ ਜਿੱਥੋਂ ਕਿਸਾਨਾਂ ਨੇ ਇਹ ਪ੍ਰਦਰਸ਼ਨ ਸ਼ੁਰੂ ਕੀਤਾ ਸੀ, ਔਰ ਇੱਥੋਂ ਚੰਡੀਗੜ੍ਹ ਵੱਲ ਨਾ ਜਾ ਕੇ ਬੈਰੀਗੇਟਿੰਗ ਵੱਲ ਨਾ ਜਾ ਕੇ ਕਿਸਾਨਾਂ ਨੇ ਮੋਹਾਲੀ ਵੱਲ ਹੀ ਇੱਥੇ ਆ ਕੇ ਮੋੜ ਤੇ ਬੈਠ ਕੇ ਇਹ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਔਰ ਇੱਕ ਜਿਪਸੀ ਨੂੰ ਜਿਹੜਾ ਹੈ ਉਹ ਸਟੇਜ ਬਣਾਇਆ ਗਿਆ, ਜਿਹੜੇ ਕਿਸਾਨ ਆਗੂ ਨੇ ਜਥੇਬੰਦੀਆਂ ਜਿਹੜੀ ਅਗਵਾਈ ਕਰ ਰਹੇ ਨੇ ਜਥੇਬੰਦੀਆਂ ਦੀ, ਚਾਹੇ ਉਹ ਰਾਜੇਵਾਲ ਹੈ ਚਾਹੇ ਹੋਰ ਨਾਲ ਦੇ ਕਿਸਾਨ ਨੇ, ਤਾਂ ਉਹ ਇੱਥੋਂ ਜਿਪਸੀ 'ਤੇ ਖੜ ਕੇ ਇਸ ਨੂੰ ਸਟੇਜ ਬਣਾ ਕੇ ਐਡਰੈਸ ਕਰ ਰਹੇ ਨੇ। ਔਰ ਇਹ ਕਿਹਾ ਜਾ ਰਿਹਾ ਕਿ ਬਾਕੀ ਕਿਸਾਨ ਜਥੇਬੰਦੀਆਂ ਵੀ ਜਿਹੜੀਆਂ ਹੈ ਉਹ ਮਤਭੇਦ ਛੱਡ ਕੇ ਇੱਕ ਨਿੱਜੀ ਹਮਲੇ ਛੱਡ ਕੇ, ਚਾਹੇ ਉਹ ਰਾਜੇਵਾਲ ਨਾਲ ਨੇ ਚਾਹੇ ਹੋਰ ਨਾਲ ਨੇ, ਤਾਂ SYL ਦੇ ਮਸਲੇ 'ਤੇ ਇਕੱਠ ਕਰਨਾ ਚਾਹੀਦਾ ਹੈ, ਇੱਕ ਮਤ ਜਿਹੜਾ ਹੈ ਉਹ ਕਿਸਾਨ ਜਥੇਬੰਦੀਆਂ ਨੂੰ ਹੋਣਾ ਚਾਹੀਦਾ। ਔਰ ਦੂਜੇ ਪਾਸੇ ਪੁਲਿਸ ਦੀ ਤਸਵੀਰ ਹੈ, ਜੋ ਐਂਟੀ ਰਾਇਟਸ ਜਾਂ ਮੋਹਾਲੀ ਪੁਲਿਸ ਇੱਥੇ ਤੈਨਾਤ ਹੈ, ਜਿਨ੍ਹਾਂ ਵੱਲੋਂ ਇਹਨਾਂ ਨੂੰ ਅੱਗੇ ਵਧਣ ਤੋਂ ਸ਼ਹਿਰ 'ਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ, ਔਰ ਤਾਂ ਕਿ ਅੱਗੇ ਜਾ ਕੇ ਲਾਅ ਐਂਡ ਆਰਡਰ ਜਿਹੜਾ ਹੈ ਉਹ ਖਰਾਬ ਨਾ ਹੋਵੇ। ਔਰ ਇੱਥੇ ਕਿਸਾਨ ਬੈਠ ਕੇ ਨਾਅਰੇਬਾਜ਼ੀ ਕਰ ਰਹੇ ਨੇ, ਔਰ ਹੋਸਪਿਟਲ ਲਈ ਜਿਹੜਾ ਹੈ ਉਹ ਰਾਸਤਾ ਨਾ ਡਾਇਵਰਟ ਹੋ, ਇਸ ਕਰਕੇ ਇੱਥੇ ਅਲੱਗ ਤੋਂ ਬੈਠ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਕੀ ਕਹਿ ਰਹੇ ਹੋ? ਇਹ ਯੂਨੀਅਨ ਨੇ ਜਿਹੜਾ ਰੂਟ ਬਦਲਿਆ ਇਹ ਹਸਪਤਾਲ ਦੇ ਵਜ੍ਹਾ ਕਰਕੇ ਬਦਲਿਆ। ਪਤਾ ਮੈਨੂੰ ਦੱਸਦਾ ਮੈਂ, ਇਹ ਮਸਲਾ ਕੀ ਹੈ ਜੀ? ਹੋਰ ਇਹ ਪਾਣੀ ਦਾ ਮਸਲਾ ਹੈ ਜੀ, ਗੌਰਮੈਂਟ ਪੰਜਾਬ ਧੱਕਾ ਕਰ ਰਹੀ ਹੈ ਸੈਂਟਰ ਸਰਕਾਰ, ਇਹ ਧੱਕਾ ਨਹੀਂ ਹੋਣ ਦੇਵਾਂਗੇ, ਹਰਗਿਜ਼ ਨਹੀਂ ਹੋਣ ਦੇਵਾਂਗੇ ਜਾਂ ਕੁਛ ਵੀ ਹੋ ਜਾਵੇ। ਉਸ ਤੋਂ ਬਾਅਦ ਇਹਨਾਂ ਨੇ ਰੂਟ ਬਣਾਇਆ ਵੀ ਹਸਪਤਾਲ ਦੇ ਵਿੱਚ ਮਰੀਜ਼ ਡਿਸਟਰਬ ਹੋਣਗੇ, ਅਤੇ ਇਸ ਕਰਕੇ ਅਸੀਂ ਆਪਣੀ ਯੂਨੀਅਨ ਦੇ ਸਾਡੇ ਲੀਡਰਾਂ ਨੇ ਰਸਤਾ ਬਦਲਿਆ, ਰਸਤਾ ਬਦਲ ਕੇ ਵੀ ਡਿਸਟਰਬ ਨਾ ਹੋਵੇ ਤਾਂ ਕਿ ਸਾਡੇ 'ਤੇ ਕੱਲ੍ਹ ਨੂੰ ਭਾਨਾਰਾ ਭੰਨਣ। ਅਤੇ ਜਿਹੜੀ ਸੈਂਟਰ ਸਰਕਾਰ ਆ ਉਹ ਪੰਜਾਬ ਨੂੰ ਧੱਕਾ ਕਰ ਰਹੀ ਹੈ, ਉਹ ਅਸੀਂ ਹਰ ਇੱਕ ਦਾ ਫਰਜ਼ ਬਣਦਾ ਪੰਜਾਬ। ਮੈਂ ਦੱਸ ਚੁੱਕੇ ਜੀ ਡਾਇਵਰਟ ਕੀਤਾ, ਕਿਉਂ ਕੀਤਾ, ਮੰਗਾਂ ਹੋਰ ਕਿਹੜੀਆਂ ਨੇ, ਕਿਉਂਕਿ ਚੰਡੀਗੜ੍ਹ ਵੀ ਸ਼ਾਮਲ ਹੈ, ਪਾਣੀ ਪੋਲਿਊਟਿਡ ਆ ਉਹ ਵੀ ਸ਼ਾਮਲ ਹੈ। ਮੰਗਾਂ ਤਾਂ ਕਦੀ ਖਤਮ ਨਹੀਂ ਹੁੰਦੀਆਂ ਜੀ, ਸਾਡੇ ਨਾਲ ਜਿਹੜਾ ਨਜਾਇਜ਼ ਧੱਕਾ ਹੋ ਰਿਹਾ ਪਾਣੀ, ਪਹਿਲਾਂ ਪਾਣੀ ਜੀਵਨ ਜਿੱਤਾ ਰਿਹਾ ਕੋਈ, ਅਰ ਪਾਣੀ ਨਾ ਹੋਇਆ ਤਾਂ ਪੰਜਾਬ ਨਹੀਂ ਰਹਿਣਾ। ਹੁਣ ਸਭ ਤੋਂ ਵੱਡਾ ਧੱਕਾ ਇਹ ਹੈ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਦੇ ਵਿੱਚ ਇਹਨਾਂ ਨੇ ਆਪਣਾ ਪ੍ਰੋਗਰਾਮ ਰੱਖਿਆ ਤਾਂ ਕਿ ਜ਼ਿਮੀਂਦਾਰ ਨਾ ਆਉਣ, ਪਰ ਇਹ ਸਾਡੇ ਨਾਲ ਸਰਾਸਰ ਧੱਕਾ ਹੋ ਰਹੇ ਨੇ। ਸਾਨੂੰ ਇਹ ਉਹਨਾਂ ਦੀ ਸ਼ਹਾਦਤ ਨੂੰ ਵੀ ਸਮਰਪਿਤ ਨਹੀਂ ਹੋਣ ਦਿੰਦੇ, ਤਾਂ ਇਸ ਕਰਕੇ 28 ਤਰੀਕ ਦਾ ਰੱਖਿਆ ਸੀ ਇਸ ਕਰਕੇ ਪ੍ਰਦਰਸ਼ਨ। ਇੱਥੇ ਕਿੰਨੀ ਕੁ ਦੇਰ ਬੈਠੋਗੇ ਜੀ? ਇਹ ਤਾਂ ਜਿੰਨਾ ਚਿਰ ਸਾਡੇ ਲੀਡਰ ਮੈਮੋਰੈਂਡਮ ਲੈਣਗੇ ਅਸੀਂ ਤਿਆਰ ਕਰਨਾ ਜੀ ਮੈਮੋਰੈਂਡਮ, ਉਸ ਤੋਂ ਬਾਅਦ ਹੁੰਦਾ। ਤਾਂ ਤੁਸੀਂ ਵੇਖੋ ਕਿ ਇਹਨਾਂ ਵੱਲੋਂ ਨਾਅਰੇਬਾਜ਼ੀ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਸੈਂਟਰ ਟੀਮ ਗੋ ਬੈਕ। ਹੋਸਪਿਟਲ ਕਰਕੇ ਅਸੀਂ ਰੂਟ ਜਿਹੜਾ ਡਾਇਵਰਟ ਕੀਤਾ ਹੈ, ਉੱਥੇ ਮਰੀਜ਼ਾਂ ਨੂੰ ਤਕਲੀਫ ਹੁੰਦੀ ਹੈ, ਇੱਥੇ ਹੁਣ ਚੱਲਣਗੇ ਸਪੀਚਾਂ ਉਹਦੇ ਬਾਅਦ ਫਿਰ ਕਰੂੰ। ਇੱਥੋਂ ਸੰਬੋਧਨ ਜਿਹੜਾ ਹੈ ਉਹ ਬਾਕੀ ਕਿਸਾਨ ਆਗੂਆਂ ਵੱਲੋਂ ਵੀ ਕੀਤਾ ਜਾ ਰਿਹਾ, ਔਰ ਤੁਸੀਂ ਸਾਹਮਣੇ ਦੇਖੋ ਜਿਹੜੇ ਕਿਸਾਨ ਇਸ ਪ੍ਰਦਰਸ਼ਨ ਲਈ ਨਾਲ ਆਏ ਨੇ ਉਹ ਸੜਕ ਤੇ ਬਹਿ ਕੇ ਇਸ ਸੰਬੋਧਨ ਨੂੰ ਸੁਣ ਰਹੇ ਨੇ, ਹੱਥਾਂ 'ਚ ਜਿਹੜੇ ਨੇ ਉਹ ਬੈਨਰ ਫੜੇ ਹੋਏ ਨੇ, ਔਰ ਇਹਨਾਂ ਵੱਲੋਂ ਜਿਹੜਾ ਹੈ ਉਹ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ।
ਔਰ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਵੱਖ ਵੱਖ ਥਾਵਾਂ ਤੋਂ ਪੰਜਾਬ ਤੋਂ ਆਏ ਨੇ ਤਾਂ ਉਹਨਾਂ ਵੱਲੋਂ ਇਹ ਕੇਂਦਰ ਖਿਲਾਫ਼ ਖਾਸ ਕਰਕੇ SYL ਦੇ ਮਸਲੇ 'ਤੇ, ਪਾਣੀ ਦੇ ਮਸਲੇ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ। ਚੰਡੀਗੜ੍ਹ ਇਜ਼ ਨੋਟ ਫੋਰਨ ਟੂ ਪੰਜਾਬੀਸ, ਤੁਸੀਂ ਦੇਖੋ ਇਹ ਸਲੋਗਨ ਵੀ ਜਿਹੜੇ ਨੇ ਉਹ ਅੰਗਰੇਜ਼ੀ 'ਚ ਲਿਖੇ ਹੋਏ ਨੇ ਔਰ ਅਲੱਗ ਤਖ਼ਤੀਆਂ ਜਿਹੜੀਆਂ ਨੇ ਉਹ ਬੈਨਰ ਹੱਥ 'ਚ ਫੜੇ ਹੋਏ ਨੇ, ਧਾਰਾ 78 ਅਤੇ 79-80 ਰੱਦ ਕਰੋ, ਇਹ ਅਲੱਗ ਤੋਂ ਪੰਜਾਬੀ 'ਚ ਲਿਖ ਕੇ ਇਹ ਬੈਨਰ ਦਿਖਾਇਆ ਜਾ ਰਿਹਾ। ਹੋਰ ਇਹ ਸਿੱਧਾ ਸੰਦੇਸ਼ ਉਸ ਟੀਮ ਨੂੰ ਹੈ, ਕੇਂਦਰ ਦੀ ਅੱਜ ਹੋਣ ਵਾਲੀ ਬੈਠਕ ਨੂੰ ਹੈ ਜੋ ਇੱਥੇ ਚੰਡੀਗੜ੍ਹ ਹੋਟਲ ਤਾਜ 'ਚ 4 ਵਜੇ ਹੋ ਰਹੀ ਹੈ। ਔਰ ਉਸਦੇ ਅੰਦਰ ਕਿਉਂਕਿ ਇਹ ਹੈ ਕਿ ਸੁਪਰੀਮ ਕੋਰਟ ਤੋਂ ਬਾਅਦ ਦੋਨਾਂ ਸਟੇਟਸ ਨੂੰ ਬੈਠ ਕੇ ਗੱਲ ਕਰਨ ਲਈ ਕਿਹਾ ਸੀਗਾ, ਕੋਈ ਵਿੱਚ ਦਾ ਰਸਤਾ ਸਿੱਟਾ ਕੱਢਣ ਲਈ ਕਿਹਾ ਸੀਗਾ, ਤਾਂ ਦੋਨੇ ਸਟੇਟਸ ਕਿਸ ਸਟੇਟਸ 'ਤੇ ਨੇ ਹੁਣ, ਕਿਸ ਪਲੇਟਫਾਰਮ 'ਤੇ ਆ ਕੇ ਰੁਕੇ ਨੇ, ਕਿਉਂਕਿ ਸੁਪਰੀਮ ਕੋਰਟ ਵੱਲੋਂ ਜਦੋਂ ਪਿਛਲੀ ਸੁਣਵਾਈ ਸੀ ਉਸ ਅੰਦਰ ਇਹ ਕਿਹਾ ਗਿਆ ਕਿ ਸਰਵੇ ਟੀਮ ਜਿਹੜੀ ਹੈ ਉਹ ਜਾਏਗੀ ਔਰ ਅਲੱਗ ਅਲੱਗ ਪੱਖ ਸੀਗਾ ਪੰਜਾਬ ਦਾ, ਹਰਿਆਣੇ ਦਾ ਅਤੇ ਕੇਂਦਰ ਦਾ, ਤਾਂ ਉਸ ਤੋਂ ਬਾਅਦ ਇਹ ਮੀਟਿੰਗ, ਕਿਉਂਕਿ ਇਹ ਮੀਟਿੰਗ ਪਹਿਲਾਂ ਵੀ ਹੋ ਚੁੱਕੀ ਹੈ, ਕਈ ਦਫ਼ਾ ਕੋਸ਼ਿਸ਼ ਕੀਤੀ ਗਈ ਹੈ ਕਿ ਬੈਠ ਕੇ ਮਸਲਾ ਸੁਲਝਾਇਆ ਜਾਏ, ਕਿਉਂਕਿ ਪਹਿਲਾਂ ਜਿਹੜੀ ਸਿਚੁਏਸ਼ਨ ਸੀਗੀ ਜਦੋਂ 1960 ਅਤੇ 70 ਦਹਾਕੇ ਦੇ ਵੇਲੇ ਜਿਹੜੀ ਸਿਚੁਏਸ਼ਨ ਪੰਜਾਬ ਦੇ ਅੰਦਰ ਪਾਣੀ ਦੀ ਸੀਗੀ, ਰੀਔਰਗੇਨਾਈਜੇਸ਼ਨ ਹੋਈ ਪੰਜਾਬ ਦੀ, ਉਹ ਸਿਚੁਏਸ਼ਨ ਅੱਜ ਬਹੁਤ ਡਿਫਰ ਕਰਦੀ ਹੈ। ਅੱਜ ਹਾਲਾਤ ਕੁਛ ਹੋਰ ਨੇ, ਚਾਹੇ ਉਹ ਜੋਗ੍ਰਾਫੀਕਲੀ ਕਹਿ ਲਈਏ ਸੀ, ਕਿਉਂਕਿ ਪੰਜਾਬ ਪਹਿਲਾਂ ਨਾਲੋਂ ਸੁੰਗੜਿਆ ਹੈ, ਜੋਗ੍ਰਾਫੀਕਲੀ ਛੋਟਾ ਹੋਇਆ ਔਰ ਪਾਣੀ ਜਿਹੜਾ ਹੈ ਉਹ ਇੱਕ ਪੋਲਿਊਟ ਹੋਇਆ ਔਰ ਉਸਦਾ ਲੈਵਲ ਥੱਲੇ ਗਿਆ।